दूरी बहुत जरूरी। पूरा लाल हो चुका है, जल्दी जल्दी अपने घर पहुंचो, कोई भी व्यक्ति बाहर न दिखे। पंजाब पुलिस अक्सर विवादां दे कारण चर्चा दा विशा बनी रहंदी है, पर जदों विवादां च रहण वाली पुलिस दी दरियादिली अते लोकां नूं जागरूक करन दा तरीका वेख्या जांदा है, तां इन्हां नूं सारे सैल्यूट करदे ने। देश च कोरोना कारण कर्फ्यू लग्गिया होया, जिस कारण लोक घरां दे विच बंद ने, ते घरां च बंद लोकां लई पंजाब पुलिस मसीहा बन के आई है। जी हां, तुसीं सही सुनिया, पंजाब पुलिस लोकां लई मसीहा। पंजाब पुलिस किस तरह लोकां नूं जागरूक कर रही है, आओ तुहानूं विखाउने आ। हाथ ना मिलाओ मित्रो, करो दूर तो सत श्री अकाल। हाथ ना मिलाओ सोहणियो, करो दूर तो सत श्री अकाल। ता देखिया तुसी किस तरह पंजाब पुलिस दे नौजवानां दे वल्लों एक वक्री तस्वीर पेश कीती जा रही है, अते किस तरह वक्रे अंदाज दे विच ओह लोकां नूं कोरोना वायरस नूं लैके जागरूक कर रहे ने। तस्वीरां दे विच साफ वेख सकदे हो कि किस तरह इस वीडियो दे विच पंजाब पुलिस दे मुलाजम लोकां नूं इस बीमारी तों बचण लई प्रेरित कर रहे ने, अते किस तरह वक्रा तरीका वरत रहे ने। एक पासे तां पंजाब पुलिस दे वल्लों लोकां नूं इस बीमारी बारे जागरूक किया जा रहा है, तो दूसरे पासे पंजाब पुलिस दी दरियादिली भी वेख के सब हैरान हो रहे ने। पंजाब पुलिस दी इस तस्वीर ने लोकां दे मनां दे विच इक नरमी पा दित्ती है, अते वक्री तस्वीर पंजाब पुलिस दी बन गई है। ਇਹ ਵੀਡੀਓ ਲੁਧਿਆਣਾ ਸ਼ਹਿਰ ਦੀ ਹੈ, ਜਿੱਥੇ ਕਿ ਪੁਲਿਸ ਦੀ ਨਰਮ ਦਿਲੀ ਦੀ ਤਸਵੀਰ ਲੋਕਾਂ ਦੇ ਦਿਲਾਂ ਦੇ ਵਿੱਚ ਵੱਖਰੀ ਤਸਵੀਰ ਬਣਾ ਰਹੀ ਹੈ। ਹੁਣ ਤੁਹਾਨੂੰ ਅਗਲੀ ਵੀਡੀਓ ਦਿਖਾਉਂਦੇ ਹਾਂ ਪੰਜਾਬ ਪੁਲਿਸ ਦੀ, ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਨੌਜਵਾਨਾਂ ਦੇ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ, ਤੇ ਨਾਲ ਹੀ ਉਹ ਵੀਡੀਓ ਵੀ ਵਿਖਾਵਾਂਗੇ ਜਿਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। शहर चाहे कोई भी होवे, पर पंजाब पुलिस दे जागरूक करन दी अते दरिया दिली दी तस्वीर हर थां वेखण नूं मिल रही है। एह वीडियो बाबा फरीद जी दे शहर फरीदकोट दी है, ਜਿੱਥੇ ਕਿ ਪੁਲਿਸ ਮੁਲਾਜ਼ਮ ਘਰ ਘਰ ਜਾ ਕੇ ਗਰੀਬਾਂ ਨੂੰ ਰਾਸ਼ਨ ਵੰਡ ਰਹੇ ਨੇ। ਜਿੱਥੇ ਇੱਥੇ ਲੰਗਰ ਬਣ ਸਕਦਾ, ਲੰਗਰ ਉੱਥੇ ਤਿਆਰ ਹੋਵੇ, ਉੱਥੋਂ ਸਾਡੇ ਹੈਗੇ ਆ ਵਲੰਟੀਅਰ ਸਾਡੇ ਜਾਂ ਸਾਡੇ ਨਾਲ ਮੁਲਾਜ਼ਮ ਲੈ ਕੇ, ਅਸੀਂ ਲੋਕਾਂ ਨੂੰ ਜਿਹੜੇ ਉਹਨਾਂ ਇਲਾਕਿਆਂ ਦੇ ਨੇੜੇ ਨੇੜੇ ਪਿੰਡ ਹੈਗੇ ਉਹਨੂੰ ਫੀਡ ਕਰ ਸਕੀਏ, ਤਾਂ ਕਿ ਇਹਨਾਂ ਲੋਕਾਂ ਨੂੰ ਜਿਹੜਾ ਇੰਨੇ ਦਿਨ ਦਾ ਜਿਹੜਾ ਹੈਗਾ ਲੰਬਾ ਪੀਰੀਅਡ ਆ, ਉਹਨਾਂ ਲੋਕਾਂ ਨੂੰ ਰਾਸ਼ਨ ਜਾਂ ਚੀਜ਼ਾਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਉਹ ਸਪਲਾਈ ਕੀਤੀਆਂ ਜਾਣ। ਪੰਜਾਬ ਪੁਲਿਸ ਦੀ ਦਰਿਆਦਲੀ ਦਾ ਸਿਲਸਿਲਾ ਇੱਥੇ ਹੀ ਸੀਮਿਤ ਨਹੀਂ ਹੋਇਆ, ਸਗੋਂ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਆਪਣੇ ਰਾਤਾਂ ਦੀ ਨੀਂਦ ਉਡਾ ਕੇ ਇੱਕ ਕਰਕੇ ਇਹ ਪੰਜਾਬ ਪੁਲਿਸ ਦੇ ਨੌਜਵਾਨ ਪੰਜਾਬ ਦੇ ਲੋਕਾਂ ਦੀ ਸਿਹਤ ਲਈ ਉਹਨਾਂ ਨੂੰ ਜਾਗਰੂਕ ਕਰ ਰਹੇ ਨੇ, ਤੇ ਨਾਲ ਹੀ ਭੁੱਖਿਆਂ ਦਾ ਢਿੱਡ ਭਰ ਰਹੇ ਨੇ। ਪੰਜ ਕਿੰਨੇ ਮੈਂਬਰ ਹੈ ਤੁਹਾਡੇ? ਪੰਜ ਮੈਂਬਰ, ਜਿੰਨੀ ਚਾਹੀਦੀ ਹੋਗੀ ਦੱਸ ਦਿਓ। ਮੋਦੇ ਜੀ ਖੁਰਕੇ ਦੋ ਜੀ, ਲਓ ਜੀ ਖੁਰਕੇ ਬੋਟੇ ਭੈਣ ਨੂੰ ਕਿੰਨੇ ਚਾਹੀਦੇ ਹੋ? ਇਹਨੂੰ ਪਰਾ ਕਰੋ, ਚਲੋ ਮਾ। ਸੋ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦੀ ਵੱਖਰੀ ਮਿਸਾਲ ਪੈਦਾ ਹੋਈ ਹੈ, ਜਿੱਥੇ ਪੁਲਿਸ ਵੱਲੋਂ ਹਮੇਸ਼ਾ ਸਖਤੀ ਵਰਤੀ ਜਾਂਦੀ ਹੈ ਤੇ ਉਹ ਚਰਚਾ ਦਾ ਵਿਸ਼ਾ ਬਣਦੀ ਹੈ, ਪਰ ਹੁਣ ਇੱਕ ਇਸ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਪੁਲਿਸ ਦੀ ਵੱਖਰੀ ਤਸਵੀਰ ਨੂੰ ਵੇਖ ਕੇ ਸਾਰੇ ਲੋਕ ਤੰਗ ਰਹੇ ਨੇ। ਸੋ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਸੇਵਾ ਦੀ ਭਾਵਨਾ ਨੂੰ ਦੇਖ ਕੇ ਲੋਕਾਂ ਨੂੰ ਇਸ ਰਾਹ ਤੇ ਚੱਲਣ ਦੀ ਪ੍ਰੇਰਨਾ ਵੀ ਮਿਲਦੀ ਹੈ, ਤੇ ਨਾਲ ਹੀ ਇਹ ਸੰਦੇਸ਼ ਵੀ ਮਿਲਦਾ ਹੈ ਕਿ ਕੋਰੋਨਾ ਤੋਂ ਦੂਰੀ ਬਹੁਤ ਜ਼ਰੂਰੀ। ਬਿਊਰੋ ਰਿਪੋਰਟ, ਵਰਲਡ ਪੰਜਾਬੀ ਟੀਵੀ। ਦੂਰੀ ਬਹੁਤ ਜ਼ਰੂਰੀ।